ਐਕਟ੍ਰੈਸ ਗੀਤਾ ਬਸਰਾ ਤੇ ਇੰਡੀਅਨ ਕ੍ਰਿਕਟਰ ਹਰਭਜਨ ਸਿੰਘ ਆਪਣੀ ਜ਼ਿੰਦਗੀ ਦੇ ਖਾਸ ਮੋਮੈਂਟਸ ਨੂੰ ਅੱਜਕੱਲ ਇੰਜੋਏ ਕਰ ਰਹੇ ਨੇ ਗੀਤਾ ਬਸਰਾ ਦੂਜੀ ਵਾਰ ਪ੍ਰੈਗਨੈਂਟ ਹੋਏ ਤੇ ਇਸ ਪ੍ਰੈਗਨੈਂਸੀ ਨੂੰ ਲੈ ਕੇ ਇਹ ਲਗਾਤਾਰ ਕਾਫੀ ਐਕਸਾਈਟਿਡ ਰਹਿੰਦੇ ਨੇ ਤੇ ਤਸਵੀਰਾਂ ਵੀ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਹੁਣ ਤਾਂ ਬੇਬੀ ਸ਼ਾਵਰ ਹੋਇਆ ਤੇ ਇਹ ਬੇਬੀ ਸ਼ਾਵਰ ਵੱਖਰਾ ਇਸ ਕਰਕੇ ਸੀ ਕਿ ਗੀਤਾ ਤੇ ਹਰਭਜਨ ਨੇ ਇਸ ਬੇਬੀ ਸ਼ਾਵਰ ਨੂੰ ਵਰਚੂਅਲੀ ਕੀਤਾ ਆਪਣੇ ਘਰੇ ਸੈਲੀਬ੍ਰੇਸ਼ਨ ਕੀਤਾ ਅਤੇ ਬਾਕੀਆਂ ਨੂੰ ਵਰਚੂਅਲੀ ਆਪਣੇ ਨਾਲ ਜੋੜਿਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੋਹੇ ਆਪਣੀ ਜ਼ਿੰਦਗੀ ਦੇ ਇਸ ਖਾਸ ਮੋਮੈਂਟ ਨੂੰ ਲਗਾਤਾਰ ਫੈਨਸ ਦੇ ਨਾਲ ਸਾਂਝਾ ਕਰਦੇ ਨੇ ਹੋਰਤਾ ਹੋਰ ਦੋਹਾਂ ਨੂੰ ਕਈ ਵਾਰ ਇਕੱਠੇ ਚੈੱਕਅਪ ਦੇ ਦੌਰਾਨ ਸਪਾਟ ਵੀ ਕੀਤਾ ਜਾਂਦਾ ਹੈ ਪੈਰਟੂਡੀਕ ਕਾਫੀ ਖੁਸ਼ ਨਮਾ ਪਲ ਹੁੰਦਾ ਹੈ ਇਸ ਜ਼ਿੰਦਗੀ ਦਾ ਜਿਸ ਨੂੰ ਦੋਹੇ ਕਾਫੀ ਇੰਜੋਏ ਕਰ ਰਹੇ ਨੇ ਹੁਣ ਆਪਣੇ ਦੂਸਰੇ ਬੱਚੇ ਦੇ ਇੰਤਜ਼ਾਰ ਦੇ ਵਿੱਚ ਕਿਸ ਤਰ੍ਹਾਂ ਦਾ ਸੈਲੀਬ੍ਰੇਸ਼ਨ ਕੀਤਾ ਹੈ ਉਹ ਇਹਨਾਂ ਤਸਵੀਰਾਂ ਦੇ ਵਿੱਚ ਤਾਂ ਦਿਖੀ ਰਿਹਾ ਹੈ